ਵੀਰ ਜੀ ਕੀ ਨਾਂ ਹੈ ਤੇ ਕੀ ਘਟਨਾ ਕੀ ਹੋਈ ਬੱਚੇ? ਮੇਰਾ ਨਾਮ ਚਰਨਜੀਤ ਸਿੰਘ ਹੈ ਜੀ। ਤੇ ਸਾਡੇ ਬੱਚੇ ਮੱਲਣ ਸਕੂਲ ਚ ਪੜ੍ਹਦੇ ਸੀਗੇ। ਸਕੂਲ ਦਾ ਨਾਮ ਮੇਰੇ ਯਾਦ ਨਹੀਂ ਹੈ ਜੀ ਜੀ। ਤੇ ਖੇਡਾਂ ਹੁੰਦੀਆਂ ਸੀਗੀਆਂ ਮੁਕਤਸਰ ਸਾਹਿਬ, ਤੇ ਉੱਥੇ ਗਏ ਸੀਗੇ ਤੇ ਆਉਂਦਿਆਂ ਤੋਂ ਇਹ ਹਾਦਸਾ ਵਾਪਰਿਆ। ਕਿੰਨੇ ਕੁ ਵਜੇ ਦੀ ਗੱਲ ਹੈ ਤੇ ਕਿੰਨੇ ਬੱਚੇ ਹੋਰ ਨਾਲ ਜ਼ਖਮੀ ਹੋਏ ਜਾਂ ਇੰਜਰਡ? ਬੱਚੇ ਤਾਂ ਕਾਫੀ ਜ਼ਖਮੀ ਹੋਏ ਸੀਗੇ ਜੀ, ਤੇ ਪਰ ਡੈਥ ਇਹ ਮੇਰੇ ਭਤੀਜੇ ਦੀ ਹੋਈ ਹੈ। ਕੀ ਨਾਮ ਕੀ ਹੈ, ਕਿੰਨੀ ਉਮਰ ਹੈ? ਹਾਂਜੀ, ਨਾਮ ਕੀ ਹੈ ਬੱਚੇ ਦਾ? 10 ਸਾਲ ਦੀ ਉਮਰ ਆਈ ਉਹਦਾ ਨਾਮ। 10 ਸਾਲ ਦੀ ਉਮਰ ਹੈ, ਨਾਮ ਕੀ ਹੈ? ਨਾਮ ਤਾਂ ਜੱਸੂ ਜੱਸੂ ਆਖ ਦਿੰਦੇ ਸੀ, ਉਹ ਤਾਂ ਜਸਮੂ ਆ ਉਹਦਾ ਨਾਮ। ਕਿਹੜੀ ਕਲਾਸ ਪੜ੍ਹਦਾ ਉਹ? ਹੁਣ ਮੈਨੂੰ ਇਹ ਵੀ ਨਹੀਂ ਪਤਾ, ਮੈਂ ਮੁੰਡੇ ਦਾ ਤਾਇਆ ਜੀ। ਉਹ ਗੁਰਵਿੰਦਰ ਇੱਕ ਮਿੰਟ ਚੌਥੀ ਕਲਾਸ ਚ ਸੀਗਾ ਜੀ, ਫੋਰਥ ਚ। ਚੌਥੀ ਕਲਾਸ? ਹਾਂਜੀ। 9 ਸਾਲ ਦੀ ਉਮਰ? 10 ਸਾਲ ਦੀ ਸੀਗੀ। 9-10 ਸਾਲ ਦਾ ਸੀਗਾ। ਇੱਕ ਮਿੰਟ, ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰ ਰਹੇ ਹੋ? ਵੀ ਵੈਨ ਦੀ ਹਾਲਤ ਵੇਖੀ ਗਿਆ ਤੇ ਬਹੁਤ ਮਾੜੀ ਸੀਗੀ, ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ। ਬੱਚੇ ਹੋਰ ਸਾਡੇ 9 ਬੱਚੇ ਇਸੇ ਸਕੂਲ ਚ ਪੜ੍ਹਦੇ, 8 ਬੱਚੇ ਇੱਕੋ ਘਰਾਂ ਦੇ। ਹਾਂਜੀ ਹਾਂ। ਸਕੂਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ? ਬਸ ਜੀ, ਸੁਧਾਰ ਹੋਣਾ ਚਾਹੀਦਾ ਇਹਨਾਂ ਦੇ ਵਿੱਚ, ਬੈਣਾ 'ਚ ਸੁਧਾਰ ਹੋਣਾ ਚਾਹੀਦਾ ਹੈ। ਫਿਰ ਅੱਗੇ ਤਾਂ ਅਸੀਂ ਤਾਂ ਸਾਨੂੰ ਕੋਈ ਕੁਛ ਪਤਾ ਨਹੀਂ ਲੱਗਦਾ ਕੀ ਕਹੀਏ ਅਸੀਂ, ਕੀ ਕਰੀਏ। ਬੇਟਾ ਇਕੱਲਾ ਹੀ ਸੀਗਾ? ਇੱਕ ਇਕੱਲਾ ਬੇਟਾ ਸੀਗਾ ਜੀ। ਇਕੱਲਾ ਹੀ? ਹਾਂਜੀ।